ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਹਿਰਪ੍ਰੀਤ ਅਮਨ ਤੇ। ਅੱਜ ਅਸੀਂ ਜਾ ਰਹੇ ਹਾਂ ਜੀ, ਲੋ ਜੀ ਇੱਕ ਬਹੁਤ ਹੀ ਵਧੀਆ ਚੀਜ਼ ਲੈਣੀ ਹੈ ਆਪਾਂ, ਨਿਊਜ਼ ਆ, ਬਹੁਤ ਹੀ ਵਧੀਆ ਨਿਊਜ਼ ਆ। ਜ਼ਿੰਦਗੀ ਦੀ ਸਭ ਤੋਂ ਸਾਡੀ ਸਹਿਜੂ ਦਾ ਸੁਪਨਾ ਪੂਰਾ ਹੋਣਾ, ਸਹਿਜ ਦਾ ਸੁਪਨਾ ਪੂਰਾ ਆਪਾਂ ਕਰਨਾ ਆ ਜੀ। ਆਪਾਂ ਚੱਲੇ ਆ ਜੀ ਬਹੁਤ ਹੀ ਵਧੀਆ ਕੰਮ ਕਰਨ, ਤੇ ਬਾਬਾ ਭੜੀ ਕਰੇ, ਬਾਕੀ ਸਾਡੇ ਬਲੌਗ ਨਾਲ ਬਣੇ ਰਹੋ। ਆਪਾਂ ਚੱਲੇ ਆ, ਬਾਕੀ ਉੱਥੇ ਜਾ ਕੇ ਗੱਲਬਾਤ ਕਰਦੇ ਆ ਵੀ ਜਿਹੜੀ ਚੀਜ਼ ਸਾਨੂੰ ਪਸੰਦ ਆਉਂਦੀ ਆਪਾਂ ਸਾਰੇ ਬਲੌਗ ਚ ਦਿਖਾਵਾਂਗੇ ਤੁਹਾਨੂੰ, ਤੇ ਵਾਹਿਗੁਰੂ ਨੇ ਮਿਹਰ ਕੀਤੀ ਆ, ਇੰਨੇ ਜੋਗੇ ਕੀਤਾ ਆ। ਲੋ ਜੀ ਰਾਹ 'ਚ ਜਾਂਦੇ ਸੀਗੇ ਜੀ, ਤੇ ਮਾਤਾ ਰਾਣੀ ਦੀ ਫੋਟੋ ਸਾਹਮਣੇ ਜੀ, ਚੈੱਕ ਕਰੋ ਜੀ, ਹੱਥ ਕਰਾਈ ਜਾਂਦੇ ਜੀ ਮੁੰਡੇ, ਇਹ ਸਾਡੇ ਲੱਗ ਲੋ ਜੀ ਆ ਗਏ ਆ ਜੀ ਆਪਾਂ। ਕਹਿੰਦੇ ਆ ਜੀ ਗੱਡੀ ਕਿੱਥੇ ਆ, ਗੱਡੀ ਕਿੱਥੇ ਆ, ਕਹਿੰਦੇ ਆ ਜੀ ਗੱਡੀ ਨਹੀਂ ਲੈ ਕੇ ਆਏ, ਗੱਡੀ ਆਉਂਗੀ ਸਾਡੀ। ਸਹਿਜਪ੍ਰੀਤ ਕੌਰ ਪੁੱਤ ਦਹੀਂ ਖਾ ਲਾ, ਬੁੱਗੜੀਆਂ ਕੱਢੂ ਬੁੱਗੜੀਆਂ। ਲੋ ਜੀ ਕਰਿਆਂ ਦਾ ਕੰਮ ਫਤਿਹ, ਅੱਜ ਪਰਮਾਤਮਾ ਦੀ ਕਿਰਪਾ ਨਾਲ ਕੰਮ ਫਤਿਹ ਕਰਿਆਂ ਦਾ ਅੱਜ, ਤੇ ਦੇਖੋ ਹੁਣ ਕਦੋਂ ਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦੀ ਆ। ਸਰਪ੍ਰਾਈਜ਼ ਮਿਲਦਾ ਸਾਰਿਆਂ ਨੂੰ, ਸਰਪ੍ਰਾਈਜ਼ ਆ ਬਹੁਤ ਜ਼ਿਆਦਾ ਵੱਡਾ। ਕਿਸੇ ਨੇ ਭਲਾ ਕਰੇ ਤੇ ਸਭ ਦਾ ਹੀ ਭਲਾ ਕਰੇ ਪਰਮਾਤਮਾ, ਜਿਹੜੇ ਜਿੰਨੇ ਵੀ ਸਾਡੀ ਵੀਡੀਓ ਦੇਖਦੇ ਆ ਪਰਮਾਤਮਾ ਸਭ ਨੂੰ ਭਲਾ ਕਰੇ ਪਰਮਾਤਮਾ, ਤੇ ਸਾਰਿਆਂ ਨੂੰ ਗੱਡੀਆਂ ਵਾਲੇ ਕਰੇ ਪਰਮਾਤਮਾ, ਸਾਰਿਆਂ ਨੂੰ ਗੱਡੀਆਂ 'ਚ ਘੁੰਮੋ ਫਿਰੋ, ਐਸ਼ ਕਰੋ, ਨਜ਼ਾਰੇ ਲਓ ਜ਼ਿੰਦਗੀ ਦੇ ਆਪਣੇ, ਬਹੁਤ ਛੋਟੀ ਜਿਹੀ ਲਾਈਫ ਆ, ਅਤੇ ਹੱਸ ਕੜੇ ਟਾਈਮ ਲੰਘਾਓ, ਅਤੇ ਤੁਸੀਂ ਕਹਿਣਾ ਚਾਹੁੰਦੇ ਹੋ ਜੀ ਗੱਡੀ ਕਰਾ ਜਾਂਦੀ ਅੱਜ ਬੁੱਕ। ਸ਼ੁਕਰ ਹੈ ਮਾਤਾ ਰਾਣੀ ਦਾ, ਅਤੇ ਚਲੋ ਜਿਹੜਾ ਕੰਮ ਹੋ ਜਾਵੇ ਸਾਡੀ ਕਿਸਮਤ 'ਚ ਹੀ, ਤਾਂ ਜਿੱਦਣ ਚੀਜ਼ ਕਿਸਮਤ 'ਚ ਆ ਉੱਦਣ ਹੀ ਮਿਲਣੀ ਆ ਜੀ, ਜੋ ਕਿਸਮਤ 'ਚ ਆ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਆ, ਅਤੇ ਮਿਹਨਤ ਆਪਣੀ ਕਰਦੇ ਰਹੋ ਅਤੇ ਮਿਹਨਤ ਨੂੰ ਛੱਡੋ ਨਾ। ਬਾਕੀ ਇਹ ਸਾਰਾ ਕੁਛ ਇਹਦਾ ਜਿਹੜਾ ਕ੍ਰੈਡਿਟ ਆ ਉਹ ਸਾਡੀ ਸਹਿਜਪ੍ਰੀਤ ਕੌਰ ਅਤੇ ਸਾਡੀ ਜਸਲੀਨ ਨੂੰ ਜਾਂਦਾ ਆ, ਕਿਉਂਕਿ ਉਹਦੇ ਪੈਰਾਂ ਪਿੱਛੇ ਖਰਾ ਸਾਡੀ ਸਹਿਜਪ੍ਰੀਤ ਕੌਰ ਸਾਡੀ ਗੁੜੀਆ ਅਤੇ ਸਾਡੀ ਜਸਲੀਨ ਕੌਰ ਗੁੜੀਆ, ਇਹਨਾਂ ਦੋਨਾਂ ਨੂੰ ਕ੍ਰੈਡਿਟ ਜਾਂਦਾ ਆ, ਇਹਨਾਂ ਦੇ ਪੈਰਾਂ ਪਿੱਛੇ ਸਾਰਾ ਕੁਛ ਆ, ਜੋ ਵੀ ਮਿਲਿਆ ਸਾਨੂੰ ਸਾਡੀਆਂ ਕੁੜੀਆਂ ਦੀ ਬਦੌਲਤ ਮਿਲਿਆ ਆ, ਅਤੇ ਸਾਡੇ ਲਈ ਬਹੁਤ ਹੀ ਲੱਕੀ ਆ। ਆਹ ਤਾਂ ਮੇਰਾ ਪੁੱਤ ਬਹੁਤ ਲਵ ਯੂ ਨਿਕਲਿਆ ਸਾਡੇ ਲਈ, ਅਤੇ ਉਹ ਸਾਡੀ ਨਿੱਕੀ ਜਿਹੀ ਗੁੜੀਆ ਆ, ਉਹ ਵੀ ਸਾਡੇ ਲਈ ਲਵ ਯੂ ਆ, ਅਤੇ ਉਹਦੇ ਉਸ ਕੁੜੀ ਨੇ ਆਉਣਾ ਸੀ ਤਾਂ ਗੱਡੀ ਆਉਣੀ ਸੀ। ਸਹੀ ਗੱਲ ਆ, ਉਹਨੇ ਆਉਣਾ ਸੀ ਤਾਂ ਗੱਡੀ ਆਉਣੀ ਸੀਗੀ, ਅਤੇ ਲਓ ਜੀ ਆ ਇੱਧਰ ਮੈਂ ਵੀ ਆਉਣਾ ਸੀ, ਅਤੇ ਸਾਡੀ ਸਾਸੂ ਮਾਂ ਆ ਜੀ, ਇਹਨੂੰ ਵੀ ਗੱਡੀ ਦੇ ਵਿੱਚ ਘੁਮਾ ਕੇ ਤਾਂ ਫੇਰੇ ਲਗਾਵਾਂਗੇ ਪਿੰਡ ਦੇ, ਤੇ ਇੱਧਰ ਡਰਾਈਵਰ ਸਾਹਿਬ ਆ ਜੀ, ਡਰਾਈਵਰ ਆ ਜੀ, 1000 ਰੁਪਈਆ ਦਿਹਾੜੀ। ਚਲੋ ਜੀ ਹੁਣ ਤੁਸੀਂ ਅੱਗੇ ਬਲੌਗ ਨਾਲ ਇੱਥੇ ਬਣੇ ਰਹੋ, ਇਸ ਬਲੌਗ ਦੇ ਵਿੱਚ ਤੁਹਾਨੂੰ ਅਸੀਂ ਗੱਡੀ ਵੀ ਦਿਖਾ ਲੈਣੀ ਆ, ਅਤੇ ਉਹ ਵੀ ਦੇਖਿਓ ਅਤੇ ਸਾਨੂੰ ਕਮੈਂਟ ਪਿਆਰਾ ਜਿਹਾ ਕਰਿਓ, ਅਤੇ ਹਾਂਜੀ ਮੈਡਮ ਸਾਨੂੰ ਗੱਡੀ ਲੱਗੇ ਤੋਂ ਹੁਣ ਇਹਨਾਂ ਕੋਲ ਆਪਾਂ ਅੱਜ ਗੱਡੀ ਲੈਣ ਗਏ ਆ, ਬਹੁਤ ਵਧੀਆ ਡੀਲਿੰਗ ਕੀਤੀ ਸਾਡੇ ਨਾਲ ਇਹਨਾਂ ਨੇ, ਅਤੇ ਮੈਡਮ ਕਹਿੰਦੇ ਗੱਡੀ ਦੇਖ ਲਓ ਆਪਣੀ, ਆਪਾਂ ਗੱਡੀ ਦੇਖਣ ਚੱਲੇ ਹਾਂ ਹੁਣ। ਨਹੀਂ ਹੁੰਦੇ ਜੀ
ਲੋ ਜੀ ਕਿੱਦਾਂ ਦੀ ਲੱਗੀ ਗੱਡੀ ਫੇਮਨ? ਬਹੁਤ ਸੋਹਣੀ, ਬਹੁਤ ਸੋਹਣੀ, ਬੜਾ ਮਨ ਖੁਸ਼ ਹੋ ਜਾਂਦਾ ਹੈ। ਮੈਂ ਤੁਹਾਡਾ ਧੰਨਵਾਦ ਬਹੁਤ ਬਹੁਤ। ਮੋਸਟ ਵੈਲਕਮ ਸਰ। ਕੀ ਨਾਮ ਹੈ ਤੁਹਾਡਾ? ਸੀਮਾ ਨਾਮ ਹੈ ਜੀ ਮੇਰਾ। ਮੈਡਮ ਤੁਹਾਡਾ ਧੰਨਵਾਦ ਬਹੁਤ ਬਹੁਤ। ਮੈਡਮ ਫਿਊਚਰ ਦੱਸਦੇ ਆ ਸਾਰੇ ਗੱਡੀ ਦੇ, ਤੇ ਫਿਊਚਰ ਵਧੀਆ ਜੀ ਸਾਰੇ, ਸਹੀ ਨੀ ਭਾਜੀ? ਬਹੁਤ ਵਧੀਆ ਲੱਗਿਆ ਜੀ ਸਾਨੂੰ ਇੱਥੇ ਗੱਡੀ ਖਰੀਦ ਕੇ ਸਾਨੂੰ। ਸਰਵਿਸ ਮੈਡਮ ਤੁਹਾਡੀ ਬਹੁਤ ਵਧੀਆ ਜੀ। ਚਾਹ ਪੀਣ ਲੱਗੇ ਆ ਜੀ। ਆਪਾਂ ਪੂਰੀ ਕਰ ਦਿੱਤੀ ਲਓ ਜੀ, ਮੇਰੀ ਮਾਤਾ ਨੇ ਆਪਣੀ ਖੁਆਇਸ਼ ਪੂਰੀ ਕਰ ਦਿੱਤੀ ਆ। ਸ਼ੌਂਕ ਇਹਨਾਂ ਨੂੰ ਬਹੁਤ ਸੀ ਗੱਡੀਆਂ ਦਾ, ਬਹੁਤ ਚਿਰ ਤੋਂ ਸੋਚਦੇ ਕਿ ਮੈਂ ਗੱਡੀ ਲੈਣੀ ਆ, ਤੇ ਅੱਜ ਆਪਾਂ ਲੈਣੀ ਆ ਜੀ ਗੱਡੀ। ਅੱਜ ਗੱਡੀ ਵਾਲੇ ਹੋ ਗਏ ਆ ਬਈ, ਅੱਜ ਗੱਡੀਆਂ ਵਾਲੇ ਹੋ ਗਏ ਆ, ਸਾਈਕਲਾਂ ਵਾਲੇ ਸੀਗੇ, ਗੱਡੀਆਂ ਵਾਲੇ ਹੋ ਗਏ ਆ। ਪਰਮਾਤਮਾ ਨੇ ਸਾਨੂੰ ਗੱਡੀਆਂ ਵਾਲੇ ਕਰਤਾ ਅੱਜ, ਤੇ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ, ਅਤੇ ਪਰਮਾਤਮਾ ਤੁਹਾਨੂੰ ਵੀ ਗੱਡੀਆਂ ਵਾਲੇ ਕਰੇ, ਅਤੇ ਤੁਸੀਂ ਵੀ ਜਲਦੀ ਜਲਦੀ ਗੱਡੀਆਂ ਲਵੋ, ਮਿਹਨਤ ਕਰਦੇ ਰਹੋ, ਆਪਣੀ ਮਿਹਨਤ ਨਾ ਛੱਡੋ। ਮਾਤਾ ਰਾਣੀ ਸਾਰਿਆਂ ਨੂੰ ਗੱਡੀਆਂ ਵਾਲੇ ਕਰੇ, ਹਰ ਇੱਕ ਦਾ ਸੁਪਨਾ ਹੁੰਦਾ ਆ ਕਿ ਅਸੀਂ ਵੀ ਦੇਖਦੇ ਹੁੰਦੇ ਸੀਗੇ, ਤੇ ਸਾਡੀ ਵੀ ਵਾਰੀ ਆ ਗਈ, ਤੁਹਾਡੀ ਵੀ ਵਾਰੀ ਜ਼ਰੂਰ ਆਊਗੀ। ਤੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਸਾਨੂੰ ਦੱਸਿਓ ਕਿ ਕਿੱਦਾਂ ਦੀ ਗੱਡੀ ਲੱਗੀ ਸਾਡੀ। ਸਾਰਿਆਂ ਨੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ, ਦੇਖੋ ਜੀ। ਫਾਈਨਲੀ ਗੱਡੀ ਆ ਗਈ ਹੱਥ ਜੀ। ਆ ਜੀ ਮੈਡਮ ਤੁਸੀਂ ਵਧਾਈਆਂ ਨਾ ਤੁਹਾਨੂੰ, ਤੁਹਾਨੂੰ ਵੀ ਬਹੁਤ ਬਹੁਤ ਜੀ। ਤੁਹਾਡੀ ਜੀ ਸਹਿਜ ਕਿੱਦਾਂ ਲੱਗੀ ਫਿਰ ਗੱਡੀ? ਹੈਂ ਕਿੱਦਾਂ ਲੱਗੀ, ਸੋਹਣੀ ਲੱਗੀ? ਹੈਂ ਜੀ ਆਪਾਂ ਹੁਣ ਆ ਗਏ ਹਾਂ ਜੀ, ਹੁਣ ਜਾ ਰਹੇ ਆਪਾਂ ਮੰਦਰ। ਆਪਾਂ ਜਾ ਰਹੇ ਹਾਂ ਜੀ ਮੱਥਾ ਟੇਕਣ, ਤੇ ਅਸੀਂ ਗੱਡੀ ਲੈ ਕੇ ਆ ਗਏ ਹਾਂ ਜਲੰਧਰੋਂ। ਆਹ ਬਿਕਰਮ ਚਲਾ ਰਿਹਾ ਗੱਡੀ, ਤੇ ਆਹ ਸਾਡੀ ਫੈਮਿਲੀ ਬੈਠੀ ਆ, ਤੇ ਫੈਮਿਲੀ ਸਾਡੀ ਜਿਹੜੀ ਮੇਰੇ ਮੰਮਾ ਪਾਪਾ ਆ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਆ, ਕਿਉਂਕਿ ਉਹਨਾਂ ਨੇ ਬਹੁਤ ਲਾਈਫ ਆਪਣੀ ਵਿੱਚ ਸੰਘਰਸ਼ ਕੀਤੇ ਆ, ਤੇ ਉਹਨਾਂ ਨੂੰ ਸਰਪ੍ਰਾਈਜ਼ ਹੀ ਦੇਣਾ ਪੜਦਾ ਮੇਰਾ ਯਾ ਬੇਟਾ, ਉਹਨਾਂ ਨੂੰ ਇਸ ਕਰਕੇ ਸਰਪ੍ਰਾਈਜ਼ ਦੇਣਾ ਕਿ ਉਹਨਾਂ ਚਲੋ ਜੈ ਮਾਤਾ ਰਾਣੀ ਕਿਰਪਾ ਕਰੀ ਸਭ ਤੇ। ਓਮ ਨਮ ਸ਼ਿਵਾਏ ਹਰ ਹਰ ਮਹਾਦੇਵ, ਭੋਲੇ ਨਾਥ ਜੀ ਕਿਰਪਾ ਕਰਨੀ ਸਭ ਤੇ। ਚਲੋ ਜੀ ਚਲੋ 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 ਆਜੋ 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 ਭਾਈ ਆਜੋ। ਠੰਡ ਬੜੀ ਹੋਈ ਆ, ਠੰਡ ਹੋਣੀ ਆ, ਚੱਪਲ ਰਹਿਣ ਦੇ ਉੱਥੇ ਲਾ ਲਾਂਗੇ ਗੱਡੀ ਲੈ ਲਈ। ਕਿਹਦੀ ਹੈ ਗੱਡੀ?
ਚੱਪਣਾ ਲਾ ਲਓ ਵਿਕਰਮ। ਲਓ ਜੀ ਕੱਟੀ ਆਪਾਂ ਲੈ ਲਈ ਆ ਅਤੇ ਹੁਣ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਜੋ ਵੀ ਹੈਗਾ ਆਪਾਂ ਸਾਰਾ ਕੁਛ ਕਰ ਰਹੇ ਹਾਂ। ਮਾਤਾ ਰਾਣੀ ਸਭ 'ਤੇ ਮਿਹਰ ਕਰੇ ਆਪਣੀ, ਸਭ ਨੂੰ ਗੱਡੀਆਂ ਵਾਲੇ ਕਰੇ। ਅਤੇ ਸਾਡੀ ਗੱਡੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ, ਅਤੇ ਸਹਿਰਪ੍ਰੀਤ ਕਿੱਦਾਂ ਲੱਗ ਰਹੀ ਉਹ ਵੀ ਦੱਸਿਓ, ਅਤੇ ਸਾਡੀ ਨਿਊ ਗੱਡੀ ਵੀ ਕਿੱਦਾਂ ਲੱਗੀ ਉਹ ਵੀ ਦੱਸਿਓ। ਜੈ ਮਾਤਾ ਦੀ, ਜੈ ਮਾਤਾ, ਜੈ ਮਾਤਾ, ਜੈ ਮਾਤਾ। ਸਾਡੇ ਕਮੈਂਟ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਰੇ ਜਣੇ। ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ। ਸਾਡੀ ਵੀਡੀਓ ਨੂੰ ਪਿਆਰ ਵੱਧ ਤੋਂ ਵੱਧ ਦਿਓ। ਥੈਂਕ